ਮੈਡਮ ਜੀ ਕੀ ਕਹਿੰਦੇ ਨੂੰ ਸੀ ਇੱਥੇ ਹੈ ਮੈਡਮ ਜੀ ਕੀ ਕਰਦੇ ਮੈਡਮ ਜੀ ਤੰਗ ਕਰਦੇ ਤਾਂ ਇਹਨਾਂ ਨੂੰ ਸ਼ਿਕੰਜੇ ਚ ਫਸਾਇਆ ਹੋਇਆ ਹੈ ਨਾ ਮੈਡਮ ਜੀ ਇਹ ਮੈਡਮ ਜੀ ਮੰਮਾ ਨੂੰ ਪੋਚਾ ਨਹੀਂ ਲਾਣ ਦਿੰਦੇ ਝਾੜੂ ਨਹੀਂ ਮਾਰਨ ਦਿੰਦੇ ਤਾਂ ਅਸੀਂ ਫਸਾਤਾ ਸ਼ਿਕਾਰ ਨੂੰ ਪਿੰਜਰੇ ਵਿੱਚ ਆ ਭਾਈ ਖਬਰ ਲੈਣ ਆਇਆ ਮੇਰੀ ਭੈਣ ਕਿੱਥੇ ਫਸਾਤੀ ਹੈਂ 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 ਕੀ ਹੁੰਦਾ ਕੀ ਹੁੰਦਾ ਸਵੇਰੇ ਸਵੇਰੇ ਉੱਠ ਕੇ ਲੱਗ ਗਈ ਤੂੰ ਹੈ ਹੋਰ ਕੋਈ ਕੰਮ ਨੀ ਤੈਨੂੰ ਹਾਂ ਕੋਈ ਨੀ ਸ਼ੈਂਪੂ ਨਾ ਨਹਾ ਲਿਓ ਹੈਂ ਦੱਸੋ ਇਹ ਠੁਲਕੀ ਦੱਸ ਕੰਮ ਨੀ ਤੈਨੂੰ ਕੋਈ ਹੁਣ ਤੂੰ ਮਸ਼ੀਨਾਂ ਚਲਾਉਣ ਲੱਗ ਗਈ ਕਰਦੇ ਕਰਦੇ ਮਸ਼ੀਨ ਖਰਾਬ ਕਰਦੇ ਹੁਣ ਹੋਰ ਤਾਂ ਕੋਈ ਕੰਮ ਮਿਲਿਆ ਨੀ ਹੈਂ ਨਹੀਂ ਲੈ ਲੇਂਗੇ ਹਾਂ ਬੜੀ ਸਸਤੀ ਆਉਂਦੀ ਹੈ 5 ਰੁਪਏ ਦੀ ਮਸ਼ੀਨ ਹੈ ਲੈ ਲੇਂਗੇ ਇਹ ਕੰਮ ਕਰ ਲੈ ਕੋਈ ਇੱਧਰ ਦੇਖ ਲੈ ਵੰਨਿਆ ਏ ਵੰਨਿਆ ਆਪਾਂ ਤਾਂ ਬਈ ਮਸਤ ਆ ਸਾਨੂੰ ਦੁਨੀਆਦਾਰੀ ਨਾਲ ਕੋਈ ਮਤਲਬ ਨਹੀਂ ਹੈਨਾ ਪਾਪਾ ਨੇ ਫਸਾਇਆ ਸੀਗਾ ਕਿ ਸ਼ੇਰ ਫਸ ਗਿਆ ਸ਼ਿਕੰਜੇ 'ਚ ਪਰ ਸ਼ੇਰ ਤਾਂ ਉੱਥੇ ਵੀ ਇੰਜੋਏ ਕਰੀ ਜਾਂਦਾ ਹਾਂਜੀ ਅੱਛਾ ਇੱਕ ਸ਼ੇਰ ਆ ਫਸਾਇਆ ਹੋਇਆ ਇੱਕ ਸ਼ੇਰ ਦੇਖੋ ਜੀ ਬਰੱਸ਼ ਦੀ ਤਿਆਰੀ ਕਰ ਰਿਹਾ ਸ਼ੇਰ ਜੀ ਬਰੱਸ਼ ਕਰ ਲਓ ਉਹ ਸ਼ੇਰ ਜੀ ਅਬ ਕਹਿ ਦੇ ਪਾਪਾ ਸ਼ੇਰੋ ਨੇ ਕਭੀ ਬਰੱਸ਼ ਕੀਆ ਹੈ ਹੈ ਆ ਦੇਖੋ ਜੀ ਇਹਨੂੰ ਪਤਾ ਨਹੀਂ ਕਿਹੜਾ ਕੰਮ ਸੁੱਝਿਆ ਹੈ ਉਹ ਅੱਛਾ ਐਰੋਪਲੇਨ ਚਲਾ ਰਹੀ ਹੈ ਐਰੋਪਲੇਨ ਇੰਜੋਏ ਹੋਣ ਲੱਗ ਗਿਆ ਇੰਜੋਏ ਇੰਜੋਏ ਟਾ 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 ਟੀ 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 ਟੀ